ਸਿੱਖ ਬਣਾਉਂਦਾ ਜਿਹੜਾ ਉਹਦੇ ਵਰਗਾ ਬਣਨ ਦੀ ਕੋਸ਼ਿਸ਼ ਕਰ ਰਿਹਾ ਉਹਦੇ ਨਾਲ ਵਸੂਗਾ ਉਹਦੇ ਕੋਲ ਜਾ ਕੇ। ਜਾਨਵਰਾਂ ਨੂੰ ਅਸੀਂ ਕੰਧ ਨਹੀਂ ਪੜ੍ਹਾਉਂਦੇ ਬਾਣੀ, ਉਹ ਗੱਲ ਅਲੱਗ ਆ ਵੀ ਉਹ ਕਮਾਦਰ ਨੂੰ ਸੁਣਾਉਣ ਲੱਗ ਗਏ ਸੀ ਬਾਣੀ, ਉਹਨਾਂ ਦਾ ਕੀ ਹੈ ਤਾਂ ਪਖੰਡੀ ਨੇ ਗੰਨੇ ਕਮਾਦ ਨੂੰ ਬਾਣੀ ਸਿਖਾਓ ਜੀ ਉੱਥੋਂ ਪਤਾਸੇ ਬਣਨਗੇ ਉਹਦਾ ਵਧੀਆ ਅੰਮ੍ਰਿਤ ਬਣੂ, ਉਹਨਾਂ ਦਾ ਕੀ ਹੈ ਤਾਂ ਪਖੰਡੀ ਨੇ ਪਖੰਡ ਚਲਾਉਣਾ ਸੀ ਉਹ ਚੱਲਿਆ ਹੀ ਨਹੀਂ, ਕਿਉਂ ਫਿਰ ਪਤਾਸਿਆਂ ਤੋਂ ਸਾਬਤ ਕਰਨਾ ਵੀ ਇਹਨਾਂ ਦਾ ਅੰਮ੍ਰਿਤ ਛਕਿਆ ਹੋਇਆ ਕਰੋ ਅਲੱਗ, ਹੁਣ ਫਿਰ ਚੰਗੇ ਸਿੱਖ ਕਿਉਂ ਨਹੀਂ ਪੈਦਾ ਹੋਏ, ਫਿਰ ਫਸ ਗਏ। ਇਹ ਤਾਂ ਤੁਹਾਡੇ ਅਸਲੀ ਸਿੱਖ ਪੈਦਾ ਹੋਣੇ ਨੇ ਚਾਹੀਦੇ ਨੇ ਹੁਣ, ਤੁਹਾਡਾ ਤਾਂ ਤੁਸੀਂ ਤਾਂ ਬਾਣੀ ਸੁਣਾ ਸੁਣਾ ਕੇ ਕਮਾਦ ਕੀਤਾ, ਹੁਣ ਜਦ ਉਹ ਸਬੂਤ ਫਿਰ ਹੋਣਾ ਤਾਂ ਉਹੀ ਕੁਛ ਸੀ, ਉਹ ਠੱਪ ਕਰਤੀ ਕਰਦੇ ਉਹਨਾਂ ਨੇ ਗਾਂ ਫਸਦੇ ਨੇ, ਲਿਆਓ ਬਈ ਤੁਹਾਡੇ ਤਾਂ ਪਤਾਸੇ ਬਹੁਤ ਵਧੀਆ ਨੇ, ਇਹ ਤਾਂ ਪੀਣ ਸਾਰੇ ਸਿੱਖ ਬਣ ਜਾਣਾ, ਸਾਰਿਆਂ ਨੇ ਸਿੱਖ ਬਣਨਾ ਨਹੀਂ। ਉਹਨੇ ਕਿਹਾ ਵੀ ਇਹ ਵੀ ਇਹ ਪਖੰਡ ਚਲਾਉਂਦੇ ਨੇ ਗਾਂ ਜਾਂ ਫਸਦੇ ਨੇ ਫਿਰ ਬੰਦ ਕਰ ਲੈਂਦੇ ਨੇ, ਚੁੱਪ ਕਰ ਜਾਂਦੇ ਨੇ, ਨਵੇਂ ਨਵੇਂ ਪਖੰਡ ਚਲਾਉਂਦੇ ਨੇ। ਬੁੱਧੀਹੀਨ ਆਦਮੀ ਕੀ ਚਲਾ ਲੂਗਾ, ਬੁੱਧੀਹੀਨ ਪੌੜੀ ਅੱਖਰ ਮਹਿ ਤ੍ਰਿਭਵਨ ਪ੍ਰਭ ਧਾਰੇ। ਦੇਖੋ ਪ੍ਰਭ ਨੇ ਅੱਖਰਾਂ ਦੇ ਵਿੱਚ ਤਿੰਨੇ ਭਵਨ ਰੱਖੇ ਨੇ। ਅੱਖਰ ਕੀ ਹੈ? ਜਿਹੜਾ ਬੋਲ ਕੇ ਅਸੀਂ ਜਿੱਥੇ ਜੋ ਚੀਜ਼ ਬੋਲ ਸਕਦੇ ਹਾਂ ਉਹਦੀ ਜਗ੍ਹਾ ਅੱਖਰ ਲੈਂਦੇ, ਤਿੰਨਾਂ ਭਵਨਾਂ ਦੀ ਗੱਲ ਅਸੀਂ ਬੋਲ ਕੇ ਦੱਸ ਸਕਦੇ ਹਾਂ। ਮਾਇਆ ਅੱਖਰ ਦਾ ਮਤਲਬ ਹੈ ਮਾਇਆ, ਜੋ ਅੱਖ ਨੂੰ ਦੀਦਾ ਉਹ ਅੱਖਰ ਹੈ, ਜੋ ਅੱਖ ਨੂੰ ਦੀਦਾ ਮਾਇਆ। ਮਾਇਆ ਦੇ ਵਿੱਚ ਤਿੰਨ ਭਵਨ ਨੇ, ਅੱਖ ਮਾਇਆ ਰੂਪ ਹੈ, ਅੱਖਰ ਮਾਇਆ ਰੂਪ ਨੇ, ਅੱਖ ਨੂੰ ਦੀਦੇ ਨੇ। ਮਾਇਆ ਚ ਤਿੰਨੇ ਭਵਨ ਧਾਰ ਹੋਏ ਨੇ, ਅੱਖਰ ਮਹਿ ਤ੍ਰਿਭਵਨ ਪ੍ਰਭ ਧਾਰੇ। ਪ੍ਰਭ ਨੇ ਤਿੰਨੇ ਭਵਨ ਮਾਇਆ ਚ ਰੱਖੇ ਨੇ, ਅੱਖਰ ਵੀ ਮਾਇਆ, ਅੱਖਰ ਲਕੀਰਾਂ ਹੀ ਨੇ, ਅੱਖਰਾਂ ਦੇ ਰੂਪ ਰੰਗ ਹੈ ਨਹੀਂ। ਊੜੇ ਦਾ ਰੂਪ ਹੋਰ ਤਰ੍ਹਾਂ ਦਾ, ਆੜੇ ਦਾ ਰੂਪ ਹੋਰ ਤਰ੍ਹਾਂ ਦਾ, ਗਿੜੀ ਦਾ ਰੂਪ ਹੋਰ ਤਰ੍ਹਾਂ ਦਾ, ਰੇਖਾ ਵੀ ਆ ਰੂਪ ਵੀ ਹੈ, ਉਹ ਰੇਖ ਰੂਪ ਤੇ ਅਲੱਗ ਹੈ। ਰੂਪ ਨਾ ਰੰਗ ਨਾ ਰੇਖ, ਕਿੱਥੇ ਦਾ ਰੰਗ ਵੀ ਹੈ, ਚਾਹੇ ਕਾਲਾ ਰੰਗ ਆ ਸਿਆਹੀ ਦਾ, ਚਾਹੇ ਸੁਨਹਿਰੀ ਰੰਗ ਕਰ ਲਓ, ਚਾਹੇ ਹਰਾ ਰੰਗ ਕਰ ਲਓ, ਰੰਗ ਰੂਪ ਰੇਖ ਤਿੰਨੇ ਨੇ ਅੱਖਰ ਦੇ ਵਿੱਚ, ਉਹ ਤਿੰਨਾਂ ਦੇ ਭਰੇ ਹੈ ਅੱਖਰ। ਰੰਗ ਰੂਪ ਨਾ ਰੰਗ ਨਾ ਰੇਖ ਕਿਚ ਤ੍ਰਿਓ ਗੁਣ ਤੇ ਪ੍ਰਭਿੰਨ, ਜਿਹੜੇ ਇਹਨੂੰ ਅੱਖਰ ਨੂੰ ਮੰਨੀ ਜਾਂਦੇ ਨੇ ਉਹ ਫਿਰ ਮੂਰਖ ਨਹੀਂ ਤਾਂ ਹੋਰ ਕੀ ਨੇ। ਇੱਥੇ ਤਾਂ ਰੇਖਾਵਾਂ ਨੇ ਲਕੀਰਾਂ ਖਿੱਚੀਆਂ ਹੋਈਆਂ ਟੇਢੀਆਂ ਮੇਢੀਆਂ, ਹਰੇਕ ਭਾਸ਼ਾ ਦੀਆਂ ਹੈਗੀਆਂ ਨੇ, ਕਿਸੇ ਨੇ ਕਹੀਆਂ ਖਿੱਚਣੀਆਂ, ਕਿਸੇ ਨੇ ਕਹੀਆਂ ਖਿੱਚਣੀਆਂ, ਉਹ ਮੰਨ ਲਿਆ ਵੀ ਇਹਦੀ ਵੀ ਆਹ ਆਵਾਜ਼ ਆਪਾਂ ਨੇ ਬੁਲਾਉਣੀ, ਉਹੋ ਜਿਹੀ ਆਵਾਜ਼ ਉਹ ਲੈ ਕੇ ਉਹਦਾ ਬੋਲੀ ਬਣਾ ਲਈ। ਤਿੰਨੇ ਭਵਨ ਅੱਖਰ ਚ ਧਾਰਨ ਨੇ, ਮਾਇਆ ਦੇ ਵਿੱਚ ਨੇ। ਅੱਖਰ ਕਰ ਕਰ ਵੇਦ ਵਿਚਾਰੇ, ਅੱਖਰ ਲਿਖ ਲੈ ਕੇ ਆਪਾਂ ਵੇਦ ਲਿਖ ਲੈ, ਜਿਹੜੇ ਵੇਦ ਨੇ ਅੱਖਰੇ ਨੇ, ਗ੍ਰੰਥਾਂ ਚ ਅੱਖਰੇ ਹੁੰਦੇ ਨੇ, ਉਹਨਾਂ ਦੀ ਫਿਰ ਵਿਚਾਰ ਕਰਦੇ ਆ ਅੱਖਰਾਂ ਦੀ। ਅੱਖਰ ਸਾਨੂੰ, ਅੱਖਰ ਆਪ ਨਹੀਂ ਬੋਲਦਾ, ਅੱਖਰ ਬੁਲਾਉਂਦਾ। ਅੱਖਰ ਦੱਸਦਾ ਵੀ ਇੱਥੇ ਮੈਨੂੰ ਆਹ ਬੋਲੋ, ਅੱਖਰ ਬੁਲਾਉਣ ਵਾਲੀ ਚੀਜ਼ ਹੈ, ਬੋਲਣ ਵਾਲਾ ਤਾਂ ਆਦਮੀ ਹੋਊਗਾ, ਅੱਖਰ ਕਦੋਂ ਬੋਲਦਾ ਹੈ? ਪਰਮੇਸ਼ਰ ਬੁਲਾ ਰਿਹਾ, ਨਾਨਕ ਬੋਲ ਰਿਹਾ, ਬੋਲ ਰਿਹਾ ਨਾ, ਹੁਣ ਅੱਖਰ ਬੁਲਾ ਰਹੇ ਨੇ, ਗ੍ਰੰਥੀ ਬੋਲ ਰਿਹਾ, ਕੋਈ ਪਾਠੀ ਬੋਲ ਰਿਹਾ ਨਾ, ਇਸ ਕਰਕੇ ਪੋਥੀ ਪਰਮੇਸ਼ਰ ਦਾ ਥਾਨ ਕਿਹਾ ਹੋਇਆ, ਉਦੋਂ ਪਰਮੇਸ਼ਰ ਬੁਲਾਉਂਦਾ ਤਾਂ ਹੁਣ ਅੱਖਰ ਬੁਲਾਉਣਗੇ, ਲੱਗੀ ਸਮਝ? ਅੱਖਰ ਬੋਲਦੇ ਨਹੀਂ, ਅੱਖਰ ਬੁਲਾ ਰਹੇ ਨੇ, ਪਰਮੇਸ਼ਰ ਬੋਲਦਾ ਨਹੀਂ, ਪਰਮੇਸ਼ਰ ਬੁਲਾ ਰਿਹਾ। ਅਤੇ ਨਾਨਕ ਦੀ ਦੇਹ ਕਿਵੇਂ ਹੋ ਗਈ? ਨਾਨਕ ਦਾ ਬੋਲਣ ਵਾਲਾ, ਨਾਨਕ ਦੀ ਦੇਹ ਕਿਵੇਂ ਸਾਬਤ ਕਰ ਲੈ? ਮੂਰਖਾਂ ਦੀਆਂ ਗੱਲਾਂ ਬਣਾਈਆਂ ਹੋਈਆਂ ਨੇ, ਕਿਸੇ ਕਵੀ ਨੇ ਕਹਿ ਤਾਂ ਪ੍ਰਗਟ ਕਰਾਂ ਕੀ ਦੇ, ਇਹਨਾਂ ਨੇ ਮੰਨ ਲਿਆ, ਮੂਰਖ ਨੇ ਮਹਾਂਮੂਰਖ ਨੇ ਕਹਿ ਤਾਂ ਮੂਰਖਾਂ ਨੇ ਮੰਨ ਲਿਆ। ਅੱਖ ਉਹ ਪਰਮੇਸ਼ਰ ਦਾ ਥਾਨ ਕਹਿ ਰਹੇ ਨੇ ਪੋਥੀ, ਕਿਉਂ? ਅੱਖਰ ਸਾਨੂੰ ਬੁਲਾਉਂਦੇ ਨੇ, ਮਜਬੂਰ ਕਰਦੇ ਨੇ ਵੀ ਆਹ ਬੋਲ,
ਮੈਂ ਆਹ ਲਿਖਿਆ ਹੋਇਆ। ਬੋਲਣ ਵਾਲਾ ਕੌਣ ਹੈ? ਬੋਲਣ ਵਾਲਾ ਨਾਨਕ, ਬੋਲਣ ਵਾਲਾ ਕਬੀਰ। ਅੱਖਰ ਬੁਲਾ ਰਹੇ ਨੇ, ਬੋਲ ਨਹੀਂ ਰਹੇ। ਸਮਝਿਆ ਨੀ? ਬੋਲਣ ਵਾਲਾ ਕੌਣ ਹੈ? ਬੋਲਣ ਵਾਲਾ ਤੂੰ ਥੱਲੇ, ਬੁਲਾਉਣ ਵਾਲਾ ਉੱਪਰ ਹੈ। ਇਸ ਕਰਕੇ ਪੰਚਮ ਪਾਤਸ਼ਾਹ ਨੇ ਪੋਥੀ ਸਾਹਿਬ ਨੂੰ ਪੰਨੇ ਤੇ ਸਭ ਕਰਕੇ ਬਿਰਾਜਮਾਨ ਆਪ ਭੁੰਜੇ ਪਏ ਸੀ। ਇਹਦੀ ਪਦਵੀ ਸਾਡੇ ਨਾਲ ਬੜੀ ਹੈ, ਕਿਉਂ ਬੁਲਾਉਣ ਵਾਲਾ ਮੈਂ, ਬੋਲਣ ਵਾਲਾ। ਗਾਂ ਨੂੰ ਇਹ ਬੁਲਾਇਆ ਕਰੂ, ਸੰਗਤ ਬੋਲਿਆ ਕਰੂਗੀ, ਗੁਰਮੁਖ ਪੜ੍ਹਿਆ ਕਰਨਗੇ ਬੋਲ ਬੋਲ ਕੇ। ਜਦ ਕੋਈ ਪੜ੍ਹੂ ਤਾਂ ਹੀ ਅੱਖਰ ਬੋਲਿਆ ਜਾਊ। ਅੱਖਰ ਆਪਣੇ ਆਪ ਨਹੀਂ ਬੋਲ ਸਕਦਾ, ਆਪਣੇ ਆਪ ਬੋਲ ਸਕਦਾ ਹੁੰਦਾ ਉਹਨੂੰ ਸਾਰਾ ਗ੍ਰੰਥ ਸਾਰੀ ਗਿਆਨ ਦੇ ਦਿੰਦਾ, ਗਿਆਨ ਲੁਪਤ ਨਾ ਹੁੰਦਾ। ਅੱਖਰਾਂ 'ਚ ਗਿਆਨ ਪਿਆ ਪਤਾ ਹੈ ਨਹੀਂ ਕਿਸੇ ਨੂੰ, ਫਿਰ ਬੋਲ ਕੇ ਦੱਸ ਦੇਵੇ, ਦੱਸ ਦੇਵੇ ਬੋਲ ਕੇ। ਫਿਰ ਗੁਰੂ ਨਾਨਕ ਨੇ ਤਾਂ ਬੋਲ ਕੇ ਸਮਝਾਇਆ ਸੀ ਲੋਕਾਂ ਨੂੰ, ਇਹ ਸਮਝਾਵੇ ਨੂੰ। ਇਹ ਗੁਪਤੀ ਬਾਣੀ ਹੈ, ਇਹ ਗੁਪਤੀ ਬਾਣੀ ਹੈ। ਅੱਖਰਾਂ ਦੇ ਵਿੱਚ ਬਾਣੀ ਗੁਪਤੀ ਬਾਣੀ ਹੁੰਦੀ ਹੈ। ਪ੍ਰਗਟ ਕਿਵੇਂ ਹੋਊਗੀ? ਪ੍ਰਗਟ ਬੋਲੇ ਤੇ ਜੇ ਪੌਣਗੀ ਬਾਣੀ ਬਣੂ, ਗੁਪਤੀ ਬਾਣੀ ਪ੍ਰਗਟ ਹੋਏ, ਪ੍ਰਗਟ ਹੋਊ। ਪ੍ਰਗਟ ਤਾਂ ਕੋਈ ਕਰੂ ਇਹਨੂੰ ਤਾਂ ਹੋਊ, ਜਾਂ ਕੋਈ ਬੋਲੂ ਤਾਂ ਹੀ ਪ੍ਰਗਟ ਹੋਊ, ਤਾਂ ਹੀ ਦੂਆ ਸੁਣੂ। ਕਿਸੇ ਹਿਸਾਬ ਨਾਲ ਵੀ ਇਹਨਾਂ ਦੀ ਗੱਲ ਠੀਕ ਨਹੀਂ, ਕਿਸੇ ਐਂਗਲ ਤੋਂ ਵੀ ਠੀਕ ਨਹੀਂ ਸਾਬਤ ਕਰਨ। ਕਿਹੜੇ ਐਂਗਲ ਤੋਂ ਠੀਕ? ਮੂਰਖ ਨੇ, ਇੱਕ ਨੇ ਗੱਲ ਕਹਿਤੀ, ਮੈਂ ਸਾਰਿਆਂ ਨੇ ਮੰਨ ਲਈ, ਵਿਚਾਰਿਆ ਹੀ ਨਹੀਂ ਕਦੇ, ਵਿਚਾਰਨ ਵਾਲੇ ਪਾਸੇ ਗਏ ਹੀ ਨਹੀਂ ਕੋਈ। ਅੱਖਰ ਕਰ ਵੇਦ ਵਿਚਾਰੇ, ਉਹ ਵੇਦ ਨੇ, ਗ੍ਰੰਥ ਨੇ, ਉਹ ਵੀ ਤਾਂ ਅੱਖਰੇ ਨੇ। ਉਹਨਾਂ ਨੇ ਨਹੀਂ ਕਦੇ ਕਿਹਾ, ਤੁਸੀਂ ਕਿਵੇਂ ਕਹਿਤਾ? ਅੱਖਰ ਸ਼ਾਸਤਰ ਸਿਮਰਤ ਪ੍ਰਾਣਾ, ਸ਼ਾਸਤਰ ਸਿਮਰਤੀ ਪ੍ਰਾਣ ਨੇ, ਸਭ ਅੱਖਰ ਨੇ, ਉਹ ਵੀ ਅੱਖਰ ਨੇ, ਇਹ ਵੀ ਅੱਖਰ ਨੇ। ਕਹਿਣ ਦਾ ਮਤਲਬ ਹੈ, ਦੇਖੋ ਕਿੱਡਾ ਇਹ ਕਿਉਂ ਲਿਖਿਆ ਸੀ ਸਾਰਾ। ਉਹਨਾਂ ਨੂੰ ਪਤਾ ਸੀ ਵੀ ਕੋਈ ਗੜਬੜ ਨਾ ਕਰ ਲਿਓ। ਉਹ ਗੜਬੜ ਕਰ ਲਈ ਬਾਵਜੂਦ ਇਹਦੇ ਲਿਖੇ ਸ਼ਾਸਤਰ ਨੇ, ਸਿਮਰਤ ਨੇ, ਪ੍ਰਾਣ ਨੇ, ਸਭ ਅੱਖਰ ਨੇ। ਅੱਖਰੇ ਮੰਨਿਓ ਤੁਸੀਂ ਇਹਨਾਂ ਨੂੰ, ਇੱਜ਼ਤ ਕਰਿਓ, ਪ੍ਰਣਾਮ ਕਰਿਓ, ਇਹਨਾਂ ਦੀ ਕੀਮਤ ਬਹੁਤ ਹੈ, ਪਰ ਮੰਨਿਓ ਅੱਖਰ। ਚੇਤਨ ਨਾ ਮੰਨ ਲਿਓ, ਜੜਨ ਹੈ, ਚੇਤਨ ਬੋਲਣ ਵਾਲਾ ਹੋਊਗਾ। ਸ਼ਬਦ ਇਹਦਾ ਬੋਲਣ ਵਾਲੇ, ਸ਼ਬਦ ਜਦ ਇਹਨੂੰ ਸ਼ਬਦ ਰੂਪ ਧਾਰੂ ਤਾਂ ਉਹ ਚੇਤਨ ਹੋਊਗਾ, ਚੇਤਨ ਇਹਨੂੰ ਸ਼ਬਦ ਦਊਗਾ। ਧੁਨੀ ਇਹਦੀ ਪ੍ਰਗਟ ਜਿਹੜੀ ਹੈਗੀ, ਇਹ 'ਚ ਧੁਨੀ ਮੰਨ ਕੇ ਜੋ ਰੱਖੀ ਹੋਈ ਹੈ, ਤਾਂ ਧੁਨੀ ਤਾਂ ਚੇਤਨ ਪ੍ਰਗਟ ਕਰੂ, ਆਪਣੇ ਆਪ ਦੀ ਧੁਨੀ ਪ੍ਰਗਟ ਕਰ ਸਕਦੇ। ਧੁਨੀ ਪ੍ਰਗਟ ਚੇਤਨ ਤੋਂ ਹੋਊਗੀ, ਜੜ ਤੋਂ ਨਹੀਂ ਹੁੰਦੀ ਹੁੰਦੀ। ਜਿਹੜਾ ਹੁਣ ਪੰਜਾਬੀ ਪੜ੍ਹਿਆ ਨਹੀਂ ਹੋਇਆ, ਉਹ ਧੁਨੀ ਵੀ ਨਹੀਂ ਉਚਾਰਨ ਕਰ ਸਕਦਾ, ਧੁਨੀ ਗਲਤ ਵੀ ਉਚਾਰਨ ਕਰਦੇ ਨੇ, ਅਸੀਂ ਵੀ ਕਰਦੇ ਹਾਂ ਗਲਤ ਉਚਾਰਨ। ਕਈ ਅੱਖਰਾਂ ਦੀ ਧੁਨੀ ਗਲਤ ਉਚਾਰਨ ਹੋ ਰਹੀ ਹੈ, ਸਿਹਾਰੀ ਵਾਲਾ ਔਂਕੜ ਉਚਾਰਨ ਨਹੀਂ ਕਰ ਰਹੇ। ਕਈ ਜਗ੍ਹਾ ਇੱਧਰ ਉੱਧਰ ਲਾ ਕੇ ਅੱਖਰ ਧੁਨੀ ਵਿਗਾੜੀ ਹੋਈ ਹੈ, ਅੱਖਰ ਇੱਧਰ ਇੱਧਰ ਲਾ ਕੇ ਧੁਨੀ ਹੋਰ ਹੋ ਜਾਣੀ ਹੈ, ਆਵਾਜ਼ ਬਦਲ ਜਾਣੀ ਹੈ, ਅਰਥ ਬਦਲ ਜਾਣੇ ਨੇ।